अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा पुलिस को बड़ी सफलता हासिल हुई है। बीती 3 मई को एक बेहद गरीब मजदूरी करने वाले एक परिवार के बच्चे को अगवा कर लिया गया था, जिसकी उम्र महज 1 साल है, जिसको पुलिस ने सही सलामत बरामद करके 7 आरोपियों गिरफ्तार कर लिया गया। गिरफ्तार किए गए आरोपियों में 2 भाइयों ने अपनी बहन को यह बच्चा देना था, जिसके पहले 4 लड़कियां हैं मगर लड़का नहीं हुआ था, और ससुराल वाले लड़कियां होने पर उसे तंग परेशान करते थे। इस कारण बच्चे को अगवा करने की योजना बनाई गई थी। की मामला थी कदों बच्चा गवाह थी ते हुण किन्ना सफलता मिली। देखो, एक बहुत सेंसेशनल क्राइम होया सीगा बठिंडा विच, जिदे विच 3-4 मई दी रात नू तकरीबन 12 बजे एक साल दे बच्चे दी किडनैपिंग दी खबर आई सी। पुलिस इमीजिएटली हरकत विच आई, उदों बाद साढ़े सीनियर अफसरां दी निगरानी हेठ SSP साहब बठिंडा मिस्टर सिंगला ते मिस्टर स्वर्ण सिंह SPD दी निगरानी हेठ पार्टियां मरतब कीतियां गईयां। बठिंडा दे 100 किलोमीटर के दायरे में आपां अपनी इस इन्वेस्टिगेशन नू बताया सीगा। इहदे विच एक मजदूर तबका दा एक परिवार हैगा, जिहड़े गर्मी करके अपने घर दे बाहर सो रहे सीगे, सुते पए सीगे, ते एक वाइट कलर की महिंद्रा बोलेरो गड्डी आई, तो उहदे विचों 4 बंदे सीगे, उन्होंने बाहर सुती मदर कोलो 1 साल का यह बच्चा जिहड़ा सीगा ਇਹ ਉਠਾ ਕਰਕੇ ਤੇ ਫਰਾਰ ਹੋ ਗਏ। ਜਦੋਂ ਇਹ ਇਨਫੋਰਮੇਸ਼ਨ ਆਈ ਸੀਗੀ ਉਦੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੋਈ, ਉਦੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਐਕਿਊਜ਼ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਤੇ ਜਿਹੜਾ ਬੱਚਾ ਸੀਗਾ ਉਹਨੂੰ ਸਕੁਸ਼ਲ ਆਪਾਂ ਰਿਕਵਰ ਕਰਾ ਲਿਆ ਹੋਇਆ, ਤੇ ਜਿਹੜਾ ਕੋਲ ਇਹ ਬੱਚਾ ਸੀਗਾ ਜਿਹਨਾਂ ਨੇ ਕੌਨਸਪਿਰੇਸੀ ਰਚਨ ਵਿੱਚ ਐਫਰਟ ਕੀਤਾ ਸੀਗਾ ਤੇ ਸ਼ਮੂਲੀਅਤ ਕੀਤੀ ਸੀ, ਉਹਨਾਂ ਨੂੰ ਵੀ ਆਪਾਂ ਗ੍ਰਿਫਤਾਰ ਕਰ ਲਿਆ। ਇਹਦੇ ਵਿੱਚ ਜਿਹੜਾ ਪੁੱਛਤਾਛ ਮੋਟਿਵ ਸਾਹਮਣੇ ਆਇਆ ਹੈਗਾ, ਉਹ ਕਹਿੰਦੇ ਕਿ ਵੀ ਇੱਕ ਹਰਜਿੰਦਰ ਕੌਰ ਨਾਮ ਦੀ ਜਿਹੜੀ ਲੇਡੀ ਐਕਿਊਜ਼ ਹੈਗੀ, ਉਹਦੀ 4 ਬੱਚੀਆਂ ਸੀਗੀਆਂ ਤੇ ਉਹਦੇ ਮੇਲ ਕੋਈ ਬੱਚਾ ਨਹੀਂ ਸੀਗਾ, ਤੇ ਉਹਦੇ ਬਿਆਨ ਦੇ ਮੁਤਾਬਿਕ ਕਿ ਉਹਦੇ ਪਰਿਵਾਰ ਦੇ ਲੋਕੀ ਜਿਹੜੇ ਸਹੁਰਾ ਪਰਿਵਾਰ ਦੇ ਲੋਕੀ ਉਹਨੂੰ ਪ੍ਰਤਾੜਿਤ ਕਰਦੇ ਸੀਗੇ ਕਿ ਇਹਦੇ ਕੋਲ ਮੇਲ ਬੱਚਾ ਨਹੀਂ ਹੈਗਾ। ਇਹਦੇ ਕਰਕੇ ਉਹਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਵੀ ਮੈਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਇੱਕ ਮੇਲ ਬੱਚੇ ਦਾ ਪ੍ਰਬੰਧ ਕਰੋ, ਜਿਹਦੀ ਟੈਂਪਟੇਸ਼ਨ ਵਿੱਚ ਜਿਹਦੇ ਵਿੱਚ ਇਹਨਾਂ ਨੇ ਇਹ ਕ੍ਰਾਈਮ ਕਮਿਟ ਕੀਤਾ ਹੋਇਆ, ਤੇ ਉਹ ਲੇਡੀ ਨੂੰ ਵੀ ਉਹਦੇ ਹਸਬੈਂਡ ਨੂੰ ਵੀ ਤੇ ਬਾਕੀ ਇਹ ਜਿਹੜੇ ਪਰਪੇਟੇਰੇਟਰ ਸੀਗੇ ਇਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਿਹੜੀ ਸਾਡੀ ਸਟਾਰਟਿੰਗ ਥਿਊਰੀ ਸੀਗੀ ਉਦੋਂ ਮੁਤਾਬਿਕ ਵੀ ਸਾਨੂੰ ਇਹ ਲੱਗ ਰਿਹਾ ਸੀਗਾ ਕਿ ਇਹ ਬਿਲਕੁਲ ਐਕਸੀਡੈਂਟਲੀ ਕੀਤੇ ਜਾਣ ਵਾਲਾ ਕੰਮ ਹੈਗਾ, ਜਿਹੜੇ ਰੈਂਡਮ ਤਰੀਕੇ ਨਾਲ ਕੋਈ ਸਾਹਮਣੇ ਆ ਜਾਣ ਤੇ ਕਾਰਵਾਈ ਹੋਈ ਹੋਵੇ। ਜਿਹੜੇ ਐਕਿਊਜ਼ ਨੇ ਬਿਆਨ ਦਿੱਤਾ ਉਹਨਾਂ ਦੇ ਮੁਤਾਬਿਕ ਗੱਲ ਇਹ ਸਾਹਮਣੇ ਆਈ ਕਿ ਬਈ ਇਹ ਨਿਕਲੇ ਸੀਗੇ ਆਪਣੇ ਪਿੰਡੋਂ ਇਹ ਤਹੱਈਆ ਕਰਕੇ, ਕਿਆ ਜਿੱਥੇ ਵੀ ਇਹ ਕੋਈ ਛੋਟਾ ਬੱਚਾ ਮਿਲ ਜੂਗਾ ਉਹਨੂੰ ਆਪਾਂ ਕਿਡਨੈਪ ਕਰਾਂਗੇ ਤੇ ਆਪਣੀ ਭੈਣ ਨੂੰ ਹਵਾਲੇ ਕਰਾਂਗੇ। ਉਹਦੇ ਵਿੱਚ ਜਦੋਂ ਇਹ ਇੱਥੇ ਅੰਦਰ ਆਏ ਸਿਟੀ ਦੇ ਕੋਲ ਪੰਜਮੁਖੀ ਮੰਦਿਰ ਦੇ ਨੇੜੇ ਇੱਕ ਥਾਂ ਤੇ ਇੱਕ ਮਕਾਨ ਦੇ ਨੇੜੇ ਇਹਨਾਂ ਨੇ ਪਾਣੀ ਵਗੈਰਾ ਲਿਆ, ਉੱਥੇ ਉਹਨਾਂ ਨੇ ਇਸ ਬੱਚੇ ਨੂੰ ਆਈਡੈਂਟੀਫਾਈ ਕੀਤਾ, ਤੇ ਉਸੀ ਰਾਤ ਨੂੰ ਇਹਨਾਂ ਨੇ ਇਸ ਬੱਚੇ ਨੂੰ ਉਹਦੇ ਘਰ ਤੇ ਬਾਹਰ ਜਦੋਂ ਇਹ ਸੁੱਤੇ ਪਏ ਸੀਗੇ ਉਹਦੀ ਮਾਂ ਕੋਲੋਂ ਚੁੱਕ ਲਿਆ। ਟੋਟਲ ਹੁਣ ਕਿੰਨੀ ਗ੍ਰਿਫਤਾਰੀ? ਇਹਦੇ ਵਿੱਚ ਟੋਟਲ 8 ਐਕਿਊਜ਼ ਸਾਡੇ ਮੁਤਾਬਿਕ ਹੈਗੇ ਨੇ, ਜਿਹਦੇ ਵਿੱਚੋਂ 7 ਐਕਿਊਜ਼ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਦੇਖੋ, ਮੈਂ ਇਹਦੇ ਵਿੱਚ ਕਹਾਂਗਾ ਕਿ ਇਹ ਪੁਲਿਸ ਦਾ ਰੂਟੀਨ ਕੰਮ ਹੈ ਕਿ ਪੁਲਿਸ ਨੂੰ ਲਗਾਤਾਰ ਇਸੇ ਤਰ੍ਹਾਂ ਤਰੀਕੇ ਨਾਲ ਚੰਗੇ ਕੰਮ ਕਰਨੇ ਚਾਹੀਦੇ ਹੈਗੇ। ਬਹੁਤ ਮਿਹਨਤ ਨਾਲ ਸਾਡੀ ਟੀਮ ਨੇ ਇਹ ਬੱਚਾ ਰਿਕਵਰ ਕਰਾਇਆ ਹੈ। ਸਾਡਾ ਸਭ ਤੋਂ ਵੱਡਾ ਰਿਵਾਰਡ ਤੇ ਉਹ ਖੁਸ਼ੀ ਹੈ ਜਿਹੜੇ ਮਾਂ ਪਿਓ ਨੂੰ ਮਿਲੀ ਹੈਗੀ। ਉਹਤੋਂ ਇਲਾਵਾ ਜਿਹੜੇ ਸਾਡੇ ਮਿਹਨਤੀ ਮੁਲਾਜ਼ਮਾਂ ਨੇ ਇਹਦੇ ਵਿੱਚ ਕੰਮ ਕੀਤਾ ਹੋਇਆ, ਸਾਡੇ ਅਫਸਰਾਂ ਸਾਹਿਬਾਨ ਨੇ ਵੀ, ਤੇ ਆਪਾਂ ਇਹਦੇ ਵਿੱਚ DG ਕਮੈਂਡੇਸ਼ਨ ਵੀ ਆਪਾਂ ਇਹਦੇ ਵਿੱਚ ਡਿਮਾਂਡ ਕਰਾਂਗੇ, ਤੇ ਨਾਲ ਹੀ ਇਹਦੇ ਵਿੱਚ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੂੰ CC1 ਰਿਵਾਰਡ ਦਿੱਤਾ ਜਾਵੇਗਾ। ਕਾਲਾ ਟਿੱਬਾ ਤੋਂ ਰਿਕਵਰ ਹੋਇਆ ਜਦੋਂ ਅੱਜ ਸਵੇਰ ਗ੍ਰਿਫਤਾਰੀ, ਉਹ ਜਿਹੜੇ ਕਿਡਨੈਪਰ ਸੀਗੇ ਉਹਨਾਂ ਦੀ ਗ੍ਰਿਫਤਾਰੀ ਕਰਨ ਤੋਂ ਬਾਅਦ ਉਹਨਾਂ ਦੇ ਬਿਆਨ ਤੇ ਪਤਾ ਲੱਗਿਆ ਕਿ ਉਹਨਾਂ ਨੇ ਇਸ ਬੱਚੇ ਨੂੰ ਕਾਲਾ ਟਿੱਬੇ ਰੱਖਿਆ ਹੋਇਆ, ਤੇ ਕਾਲਾ ਟਿੱਬਾ ਸਾਡੀ ਪਾਰਟੀ ਗਈ, ਉਹਨਾਂ ਨੇ ਗ੍ਰਿਫਤਾਰ ਕਰਕੇ ਜਿਹੜੇ ਹੋਰ ਐਕਿਊਜ਼ ਸੀਗੇ ਉਹਨਾਂ ਨਾਲ ਗ੍ਰਿਫਤਾਰ ਕੀਤਾ ਤੇ ਇਹਨੂੰ ਸਕੁਸ਼ਲ ਰਿਕਵਰ ਕਰਾ ਲਿਆ। ਜਿਵੇਂ ਸਰ ਤੁਸੀਂ ਦੱਸਿਆ ਹੈਗਾ ਵੀ ਮਹਿਲਾ ਨੂੰ ਪ੍ਰਤਾੜੀ ਉਹ ਕਰਦੇ ਸੀ ਸਹੁਰੇ ਵਾਲੇ ਦੀ ਉਹਦੇ ਬੱਚੇ ਕਰਕੇ, ਤਾਂ ਉਹਨਾਂ ਤੇ ਵੀ ਕੋਈ ਕਾਰਵਾਈ ਹੋਊਗੀ? ਨਹੀਂ, ਇੱਦਾਂ ਦੇਖੋ ਇਹ ਜਿਹੜੇ ਜੁਰਮ ਨੇ ਇਹ ਨੈਤਿਕ ਨੇ, ਇਹਦੇ ਵਿੱਚ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਇਸ ਕਰਕੇ ਕਿਹਾ ਹੋਇਆ ਕਿ ਨਹੀਂ ਜੀ ਤੂੰ ਬੱਚਾ ਚੁੱਕ ਕਰਕੇ ਲਿਆ, ਤੇ ਇਹ ਇਸ ਮਾਮਲੇ 'ਚ ਕੋਈ ਜੁਰਮ ਵਾਲੀ ਕੋਈ ਗੱਲ ਨਹੀਂ ਪਾਈ ਗਈ। ਸਰ, ਇਹਨਾਂ ਨੂੰ ਸਮਾਂ ਕੀ ਦਿੱਤਾ ਜਾਏਗਾ?
कैमरामैन कपिल शर्मा के साथ अनिल कुमार की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।